अस्सलाम वालेकुम सत श्री अकाल नमस्ते दोस्तों बहुत बहुत स्वागत एक बार फिर साढ़े ब्लॉग से दोस्तों दोस्तों एक अपने सबसक्राइबर ने गए उन्होंने कमेंट किया भी पूजा नु क्यों नहीं लेके आ रहे पूजा नु लेके आओ अपने ब्लॉग दे विच तां पूजा नु लेके आ रहे हैलो पूजा पुरजोर फरमाइश ते तेरी चढ़ाई है पूजा सानू कोई पुछदा भी नहीं है तेनू ओ कर कर कह रहे ने भी कमेंट कर कर पूजा नु लेके आओ पूजा नु लेके आओ दोस्तों पूजा सिर्फ चीकदी हैगी इहदे च टैलेंट टूलेंट नहीं हैगा ਤਾਂ ਗਾਇਜ਼ ਅਸੀਂ ਗੱਲ ਕਰ ਰਹੇ ਸੀਗੇ ਵਿਆਹ ਤੇ ਜਾਣ ਦੀ ਤਾਂ ਮੈਂ ਦੱਸ ਰਿਹਾ ਸੀਗਾ ਪੂਜਾ ਆਪਣੇ ਮੈਂ ਦੱਸਦਾ ਗੱਲ ਪੂਰੀ ਦੱਸਦਾ ਗੱਲ ਦੋਸਤੋ ਐਵੇਂ ਸੀਗੀ ਬਿਨੋਰ ਇਹ ਨਾ ਮੁੰਡਾ ਲੱਗਿਆ ਸਾਡੀ ਦੁਕਾਨ ਦੇ ਨੇੜੇ ਨਾ ਕਿਸੇ ਕੰਮ ਕਰਦਾ ਹੈਗਾ ਉਹ ਇੰਨੀ ਰਿਸਪੈਕਟ ਕਰਦਾ ਸਾਨੂੰ ਡੱਬਾ ਖਰੀਦ ਕੇ ਦੇ ਕੇ ਗਿਆ ਤੇ ਮੈਂ ਕਿਹਾ ਪੂਜਾ ਤੇ ਮੈਂ ਪੂਜਾ ਨੂੰ ਕਿਹਾ ਮੈਂ ਕਿਹਾ ਪੂਜਾ ਆਪਾਂ ਐਵੇਂ ਕਰਾਂਗੇ ਵੀ ਆਪਾਂ ਨੂੰ ਦੇਖ ਊਂ ਤਾਂ ਮੈਂ ਜਾਂਦਾ ਨਹੀਂ ਦੋਸਤੋ ਕਿਤੇ ਵੀ ਨਹੀਂ ਜਾਂਦਾ ਮੈਨੂੰ ਕੋਈ ਮਰਜ਼ੀ ਬੁਲਾਈ ਜਾਵੇ ਮੈਂ ਨਹੀਂ ਜਾਂਦਾ ਕਿਤੇ ਘਰ ਦੇ ਜਾ ਜਾਂਦੇ ਨੇ ਠੀਕ ਆ ਮੈਂ ਜਮੀ ਨਹੀਂ ਕੀਤੀ ਜਾਂਦਾ ਪਰ ਉਹ ਮੁੰਡਾ ਇੰਨੇ ਸਤਿਕਾਰ ਨਾਲ ਬੁਲਾ ਕੇ ਗਿਆ ਹੈਗਾ ਤਾਂ ਉੱਥੇ ਅਸੀਂ ਜਾ ਕੇ ਆਵਾਂਗੇ ਤਾਂ ਪੂਜਾ ਕਹਿ ਰਹੀ ਹੈ ਕਹਿੰਦੀ ਆਪਾਂ ਤਾਂ ਵੀਰੇ ਖਾ ਪੀ ਕੇ ਭੱਜ ਆਵਾਂਗੇ ਇਹ ਕਹਿੰਦੇ ਨਹੀਂ ਹੁੰਦੇ ਕੁੱਤੇ ਕੀ ਪੂਛ ਕੋ 100 ਸਾਲ ਵੀ ਨਲੀ ਮੈਂ ਡਾਲ ਕੇ ਰੱਖੋ ਸੀਧੀ ਨਹੀਂ ਹੁੰਦੀ ਆਪਣੀ ਉਹ ਸੀਗੀ ਪੂਜਾ ਕਿੱਧਰ ਭੱਜ ਗਈ ਉਹ ਗੁੜੀਆ ਪਿੱਛੇ ਚਲੋ ਗਾਇਜ਼ ਆਪਾਂ ਮਿਲਦੇ ਥੋੜ੍ਹੀ ਦੇਰ ਗਾਇਜ਼ ਸੁਣੋ ਮੈਂ ਇੱਕ ਨਾ ਗੱਲ ਦੱਸਣਾ ਚਾਹੁੰਦਾ ਮੇਰੇ ਨਾਲ ਨਾ ਅੱਲਾ ਮੀਆਂ ਵਾਹਿਗੁਰੂ ਸਾਰੇ ਜਿੰਨੇ ਵੀ ਆਪਣੇ ਗੋਡ ਨੇ ਦੁਨੀਆ 'ਤੇ ਸਾਰੇ ਮੈਂ ਉਹਨਾਂ ਦਾ ਲਾਡਲਾ ਪੁੱਤਾਂ ਗਾ ਮੈਂ ਤੁਹਾਨੂੰ ਦੱਸਦਾ ਕਿਉਂ ਮੈਂ ਅੱਜ ਲੇਟ ਉੱਠਿਆ ਸੀਗਾ ਤਾਂ ਮੈਂ ਮੰਮੀ ਕਹਿੰਦੇ ਵੀ ਅੱਜ ਦੁਕਾਨ 'ਤੇ ਵੀ ਕੰਮ ਸੀਗਾ ਥੋੜ੍ਹਾ ਜਿਹਾ ਸਮਾਨ ਆਉਣਾ ਸੀਗਾ ਮਾਲ ਲਿਖਾਇਆ ਸੀਗਾ ਮਾਲ ਆਉਣਾ ਸੀ ਇਸ ਕਰਕੇ ਮੈਂ ਜਲਦੀ ਆ ਗਿਆ ਮੰਮੀ ਕਹਿੰਦੇ ਵੀ ਥੋੜ੍ਹਾ ਟਾਈਮ ਬਣੋ ਰੋਟੀ ਬਣਨ ਨੂੰ ਮੈਂ ਕਿਹਾ ਚਲੋ ਮੈਂ ਭੁੱਖਣ ਪਾਣੀ ਐਵੇਂ ਆ ਗਿਆ ਮੈਂ ਖਾਧਾ ਨਹੀਂ ਕੁਛ ਤਾਂ ਤੁਸੀਂ ਮੇਰੀ ਵੀਡੀਓ 'ਚ ਪਹਿਲਾਂ ਵੀ ਦੇਖਿਆ ਸੀ ਮੇਰੇ ਗੁਰੂ ਜੀ ਬਹੁਤ ਬਹੁਤ ਸਵਾਗਤ ਗੁਰੂ ਜੀ ਜੈ ਹਿੰਦ ਤਾਂ ਗੁਰੂ ਜੀ ਆਏ ਕਹਿੰਦੇ ਪੁੱਤ ਕੀ ਖਾਣਾ ਮੈਂ ਕਿਹਾ ਜੀ ਸਮੋਸੇ ਖਾਂਦੇ ਤਾਂ ਦੇਖ ਲਓ ਮੌਕੇ 'ਤੇ ਸਮੋਸੇ ਵੀ ਆ ਗਏ ਕੌਫੀ ਵੀ ਆ ਗਈ ਤਾਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਦੇਖੋ ਠੀਕ ਨਹੀਂ ਉਹ ਤੋਂ ਬਾਅਦ ਆਪਾਂ ਜਿਹੜਾ ਟ੍ਰੀਟਮੈਂਟ ਕਰਾਇਆ ਸੀਗਾ ਨਾ ਆਪਰੇਸ਼ਨ ਕਰਾਇਆ ਸੀ ਨਾ ਬਹੁਤ ਵਧੀਆ ਕੌਫੀ ਚਲੋ ਗਾਇਜ਼ ਆਪਾਂ ਕੌਫੀ ਕਰਦੇ ਇੰਜੋਏ ਤਾਂ ਮਿਲਦੇ ਆ ਥੋੜ੍ਹੀ ਦੇਰ ਤਾਂ ਗਾਇਜ਼ ਆਪਣੇ ਲਵੇ ਅੱਜ ਜਾਵੇਦ ਫਸ ਗਿਆ ਤਾਂ ਜਾਵੇਦ ਨੂੰ ਦੇਖਦੇ ਹਾਂ ਅੱਜ ਆਪਾਂ ਜਾਵੇਦ ਤੋਂ ਲੈਂਦੇ ਹਾਂ ਪਾਰਟੀ ਸ਼ਾਲੂ ਅਤੇ ਜਾਵੇਦ ਦੋ ਬਚਾਣੇ ਫਸੇ ਹੋਏ ਨੇ ਦੋਨੇ ਛੋਟੇ ਭਰਾ ਨੇ ਮੇਰੇ ਪਿੱਛੇ ਖੜ੍ਹੇ ਤੁਸੀਂ ਦੇਖ ਰਹੇ ਹੋਗੇ ਅਤੇ ਆਰੀ ਵੀ ਮੇਰੇ ਨਾਲ ਆ ਗਿਆ ਹੈਲੋ ਆਰੀ ਉਹ ਦੇਖ ਲਓ ਉਹਨਾਂ ਦੀ ਮਸਤੀ ਚੱਲ ਰਹੀ ਹੈ ਕਿ ਦੋਸਤੋ ਤਾਂ ਆਪਾਂ ਦੇਖਦੇ ਰਾਜ ਦੇ ਵਿੱਚ ਅੱਜ ਆਪਾਂ ਸ਼ਕਤੀ ਵਾਟਰ ਵੀ ਪੀਵਾਂਗੇ ਮੈਨੂੰ ਲੱਗਦਾ ਹੈਗਾ ਵੀ ਅੱਜ ਫਸਿਆ ਹੋਇਆ ਬੰਦਾ ਤਾਂ ਅੱਜ ਆਪਾਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਨ ਲੈਣੀਆਂ ਨੇ ਅੱਜ ਗਾਇਜ਼ ਕੀ ਕਰ ਰਹੇ ਨੇਗੇ ਇਹ ਕਿਆ ਹੋ ਰਿਹਾ ਹੈ ਭਈਆ ਇਹ ਕਿਆ ਹੋ ਰਿਹਾ ਹੈ ਇਹ ਇਨਕੀ ਸ਼ਰਾਰਤੇ ਚਲਤੀ ਰਹਤੀ ਹੈ ਐਸੀ ਚਲੋ ਗਾਇਜ਼ ਚਲੋ ਚਲੋ ਤੁਸੀਂ ਤਾਂ ਜਨਾਨੀਆਂ ਵਾਂਗੂ ਖੜ ਗਏ ਰੇ ਯੂ ਆਰ ਨੋਟ ਲੇਡੀਜ਼ ਚਲੋ ਕਰ ਜਾ ਕੇ ਕਰ ਲਿਓ ਚੁਗਲੀਆਂ ਵੀ ਆਰ ਲੇਟਸ हां नोट लेडीज चलो फिर चलिए चलो दोस्तों करी जल के मिलते हां जी गाइस ता मेरे नाल बैठा मेरा छोटा भाई शालू शालू बैकर फोन दे नाल एक इने अपनी अदर एक्टिविटी भी छड़ी अदर एक्टिविटी मींस ए हैगा अपना बेस्ट रैपर इन द संगरूर इन द पंजाब आई थिंक मेरे मन तो लग रही पंजाब ਦੇ ਵਿੱਚ ਇਦੋਂ ਵਧੇ ਰੈਪ ਕੋਈ ਨਹੀਂ ਕਰ ਸਕਦਾ ਕਿਉਂਕਿ ਮੈਂ ਤਾਂ ਇਹਨੂੰ ਹੀ ਸੁਣਦਾਗਾ ਇਹਨੂੰ ਹੀ ਮੈਂ ਸਿੱਧੂ ਤੋਂ ਬਾਅਦ ਕਿਸੇ ਨੂੰ ਸੁਣਿਆ ਧਿਆਨ ਨਾਲ ਤਾਂ ਮੈਂ ਸ਼ਾਲੂ ਨੂੰ ਸੁਣਿਆਗਾ ਤਾਂ ਸ਼ਾਲੂ ਵੀਰਾ ਅੱਜ ਆਪਣੇ ਲਈ ਰੈਪ ਗਾ ਰਿਹਾ ਹੈਗਾ मैनूं देखे ਰਾਤਾ ਤੇਰਾ ਪੁੱਜਾ ਮੈਂ ਅੱਖਾਂ ਬੰਦ ਕਰ ਰੱਖਣਾ ਵਿੱਚੋਂ ਸੁਣਾ ਪਾਣ ਤੇਰੀ ਪਿਆਰੀ ਮੈਨੂੰ ਰੱਬ ਦੀ ਸੋ ਮੈਂ ਰਾਸਤਾਰੀ ਤੇਰੀ ਵਿੱਚ ਜਾਗਦੇ ਚ ਜਾਗਦੇ ਗੁਜ਼ਾਰੀ ਜਦੋਂ ਸੋਚਾਂ ਤੇਰੇ ਬਾਰੇ ਤੇ ਹੋਵੇ ਤੇਰਾ ਸਾਹ ਤੇ ਜ਼ਿੰਦਗੀ ਮੇਰੀ ਵਾਰੀ ਨਹੀਂ ਆਈ ਜਦ ਮੌਤ ਮੈਨੂੰ ਪਿਆਰੀ ਆ ਤੇਰੇ ਪਿੱਛੇ ਮੈਂ ਛੱਡ ਦਮਾਂ ਇਹ ਦੁਨੀਆ ਸਾਰੀ ਨਾ ਮੇਰਾ ਗਾਇਜ਼ ਉਹਨੇ ਤੁਸੀਂ ਸੁਣਿਆ ਸੀਗਾ ਰੈਪ ਤਾਂ ਛੋਟੀ ਜਿਹੀ ਪਾਰਟੀ ਕਰ ਰਹੇ ਗੈਟ ਟੂਗੈਦਰ ਤਿੰਨੇ ਭਾਈ ਅਸੀਂ ਬੈਠੇ ਤਾਂ ਹੁਣ ਜਾਵੇ ਚਲਾ ਰਹੇ ਕਨਵਰ ਗਰੇਵਾਲ ਕੋਸ਼ਿਸ਼ ਕਰਾਂਗੇ ਤੁਹਾਨੂੰ ਪਸੰਦ ਆਊਗਾ ਜੈ ਸਾਈਆਂ ਦੀ ਮੇਰੇ ਮਾਲਕਾਂ ਦੀ ਉਹ ਮੇਰੇ ਦਾਤਿਆਂ ਦੀ ਸਦਾਈ ਜੈ ਪਹਿਲਾਂ ਗਣੇਸ਼ ਮਨਾਏ ਕੇ ਕਰਾਂ ਮੈਂ ਤੇਰਾ ਧਿਆਨ ਤਿੰਨ ਵਰ ਦੇਣਾ ਮਾਂ
शारदा सरस्वती शब्द कर कंठ सुरताल जीवे ओ इश्क भुले नू नचावे यार ते नचना पैंदा ए ओ आ जा सामने होवे यार ते नचना पैंदा ए सामने होवे यार ते नचना पैंदा ए आलोक बह गया तमुल पाव दे पखंडियां दा बिरले सरोते होंदे अकरा विराजे अलगी जदों बिरती उस नाल खुदा दे बैंक वाले की पता साधु सुते आगे जागते साधु सुते आगे जागते क्या बात है क्या बात है दोस्तों आसी का साडा कन्वर गरियाल आसी साडा रैपर चलो गाइस अभी मस्ती बनी रोगी मिलते थोड़ी देर तक आए अभी पढ़ना होगा दस पुत तेरा है ढिडाउण कास्तों चंगा पला हसदा सी मोण कास्तों जेड़े दरवाजे बिच बोड़ चक्की खड़िया मैं चंगी तरह जानता है कौन कास्तों कुछ इत्थे चांदी चमकाउणा चाहुंदे ने कुछ तैनू फड़ थल्ले लाउणा चाहुंदे ने कुछ कन्ने आए ते भुखे प्रेम दे नाम लेके तेरा अंगे आउणा चाहुंदे ने मुसीबत ता मर्दां ते पैंदी रहिंदी है तभी ना तू दुनिया सवाद लैंदी है नाले जेड़े रस्ते ते तू ਇੱਥੇ ਬਦਨਾਮੀ ਆਈ ਰੇਟ ਮਿਲੂਗੀ ਨਿੱਤੇ ਕਾਟੋ ਵਾਸੀ ਕਰੇ ਮਿਲੂਗੀ ਧਰਮਾਂ ਦੇ ਨਾਮ ਤੇ ਡਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੇ ਕੀ ਪੁੱਤ ਰੇਟ ਮਿਲੂਗੀ ਨਿੱਤੇ ਕਾਟੋ ਵਾਸੀ ਕਰੇ ਮਿਲੂਗੀ ਧਰਮਾਂ ਦੇ ਨਾਮ ਤੇ ਡਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੇ ਕੀ ਪੁੱਤ ਹੇਟ ਮਿਲੂਗੀ ਅੱਜ ਕਈ ਬਚਾਉਣ ਸਭੇਚਾਰ ਟੁੱਟ ਗਏ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਭਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਅਨਿਤ ਕੰਟਰੋਵਰਸੀ ਕਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਉਹ ਲੋਕ ਵੱਟੇ ਮਾਰਦੇ ਆ ਪਰੇ ਰੁੱਖਾਂ ਤੇ ਪਿੰਡਾਂ ਵਿੱਚ ਪਹੁੰਚ ਜਾਂਦੇ ਮਾਵਾਂ ਕੁੱਖਾਂ ਤੇ ਕੌਣ ਸੁੱਤਾ ਕੌਣ ਦੱਲਾ ਕੱਢਦੇ ਆ ਕੌਣ ਇੱਥੇ ਸਾਡੀ ਬਗੇਟ ਤੇ ਫੇਸਬੁੱਕਾਂ ਤੇ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਠ ਮਿਲੂਗੀ ਫੋਟੋ ਨੀ ਖਿਚਾਉਂਦਾ ਕੋਈ ਚੰਮ ਕਰਕੇ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਠ ਮਿਲੂਗੀ ਚੱਜ ਦਾ ਵਿਚਾਰ ਤੇਰੇ ਨਾਲ ਕਰਦੇ ਵਿਵਾਦ ਨੇ ਚੌਵੀ ਘੰਟੇ ਨਾਲੇ ਨਿੰਦਦੇ ਪਰੌਣੇ ਨੂੰ ਨਾਲੇ ਉਹਦੇ ਗੱਲੇ ਗੱਲੇ ਗੀਤ ਯਾਦ ਨੇ ਆਉਣ ਵਾਲੀ ਪੀੜ੍ਹੀ
ਐਜੂਕੇਟ ਮਿਲੂਗੀ, ਨਿਤ ਕੰਟਰੋਵਰਸੀ ਕ੍ਰੀਏਟ ਮਿਲੂਗੀ, ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ, ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤਰੇ ਹੇਠ ਮਿਲੂਗੀ। ਕਿਆ ਬਾਤ ਹੈ ਜੀ, ਲੈਜੈਂਡਸ ਜ਼ਰੂਰ ਤੇਰੀ ਅੱਖਾਂ ਦਾ ਕਸੂਰ ਮੈਨੂੰ ਦਿਸ ਦੇ ਯਾਦ ਸਾਰੇ ਤੇਰੇ ਹੁਣ ਲੰਮਾ ਤੇਰੀ ਕਾਲੀ ਜ਼ੁਲਮਾਂ ਦੇ ਨਾਮ ਪਰ ਐਦਾਂ ਤੇ ਮੌਤ ਗਿਆ ਤੇ ਸੋਚਦਾ ਇਨਸਾਨ ਆਪਾਂ ਘੁੰਮੇ ਜਵਾਨ ਇਹ ਗਾਲੀ ਇਹਨੇ ਰਾਜੂ ਨਾਲੇ ਵਾਖ ਲੋਟੀ ਮੇਰੀ ਗੱਡੀ ਨਵੀਂ ਕਾਲੀ ਚੱਲ ਚੱਲੀਏ ਦੁਨੀਆ ਤੇ ਉਸ ਰੁਕ ਦੇ ਜਿੱਤੇ ਪਤਾ ਨਾ ਬੰਦੇ ਦੀ ਜਾਤ ਸਾਰੀ ਜਾਤ ਤੇਰੇ ਨਾਲ ਬਹਿ ਕੇ ਤੇਰੀਆਂ ਮੈਂ ਜ਼ੁਲਮਾਂ ਸਵਾ ਜੇ ਮੈਨੂੰ ਤੇਰੇ ਪਿਆਰ ਦਾ ਸਹਾਰਾ। ਗਾਇਸ ਮੈਨੂੰ ਐਵੇਂ ਨਹੀਂ ਸਮਝ ਆ ਰਹੀ ਇਹਨਾਂ ਦੋਨਾਂ ਦੀ ਕੀ ਇਹੋ ਜਿਹੀ ਗੱਲਬਾਤ ਹੋ ਰਹੀ ਹੈ, ਮੈਨੂੰ ਸਮਝ ਨਹੀਂ ਆ ਰਹੀ। ਇਹ ਬੈਂਕਰਸ ਇਹ ਪਤਾ ਨਹੀਂ ਕੀ ਗੱਲਾਂ ਕਰਦੇ ਨੇ, ਬੋਰ ਕਰ ਰੱਖਿਆ। ਤਾਂ ਹੁਣ ਅਸੀਂ ਜਾ ਰਹੇ ਹੈਗੇ ਪਾਨ ਖਾਣ, ਤਾਂ ਅਸੀਂ ਦੇਖਦੇ ਹਾਂ ਆਪਕੋ ਲਾ ਕੇ ਦੂੰਗਾ ਘਰ ਪੇ, ਤਾਂ ਪਾਨ ਖਾਣ ਜਾ ਰਹੇ ਹਾਂ ਤਾਂ ਦੇਖਦੇ ਕਿੱਥੋਂ ਬੈਸਟ ਪਾਨ ਮਿਲਦਾ। ਤਾਂ ਗਾਇਸ ਅਸੀਂ ਆ ਗਏ ਸੀ ਰਾਤ ਨੂੰ ਹੁਣ ਉਰੇ ਪਾਨ ਖਾਣ, ਔਰ ਨਾ ਮੁੰਡਾ ਪਾਨ ਬਣਾਉਂਦਾ ਆਪਣੇ ਸੰਗਰੂਰ ਦੇ ਵਿੱਚ ਨਾ ਬੱਸ ਸਟੈਂਡ ਦੇ ਨੇੜੇ ਆ ਪਾਨ ਵਾਲਾ, ਤਾਂ ਅਸੀਂ ਤਿੰਨੇ ਜਾਣੇ ਉਰੇ ਆ ਗਏ ਸੀ ਪਾਨ ਖਾਣ। ਤਾਂ ਹੁੱਡ ਦੇ ਵਿੱਚ ਜਿਹੜਾ ਬੈਠਾ ਪਿੱਛੇ ਮੇਰੇ ਇਹ ਬੋਹੇਮੀਆ ਤੇ ਜਾਵੇਦ ਤੇ ਮੈਂ ਤਾਂ ਤੁਹਾਡਾ ਆਪਦਾ ਅਬਦੁਲ ਪਰਵੇਜ਼ ਖਾਨ, ਤੁਹਾਨੂੰ ਪਤਾ ਹੀ ਹੈਗਾ। ਤਾਂ ਪਿੱਛੇ ਤੁਸੀਂ ਦੇਖ ਰਹੇ ਹੋ ਮੇਰੇ ਉਹ ਪਾਨ ਲਵਾ ਰਿਹਾ, ਪਾਨ ਖਾ ਕੇ ਦੱਸ ਦਿਓ ਤੁਹਾਨੂੰ ਵਧੀਆ ਕਿੰਨਾ, ਮਿਲਦੇ ਥੋੜ੍ਹੀ ਦੇਰ ਤੱਕ। ਤਾਂ ਗਾਇਸ ਸਾਡੇ ਲਵੇ ਹੋ ਗਏ ਪਾਨ ਰੈਡੀ, ਤਾਂ ਚਲੋ ਆਪਾਂ ਟੇਸਟ ਕਰਦੇ ਹਾਂ ਪਾਨ ਕਿਹੋ ਜਿਹਾ ਲੱਗਦਾ। ਯਾਰ ਖਾ ਵੀ ਲਿਆ ਮੈਂ ਤਾਂ ਚੋਇਸ ਕਰਨਾ ਸੀਗਾ, ਚੀਅਰਸ ਕਰ ਲਓ ਫਿਰ ਵੀ ਚਲੇ। ਹਾਂ ਤਾਂ ਗਾਇਸ ਮੋਂਟੀ ਵੀਰਾ ਲਾ ਰਿਹਾ ਹੈਗਾ ਹੁਣ ਪੰਜ ਪਾਨ ਹੋਰ, ਤਾਂ ਮੋਂਟੀ ਵੀਰ ਦੇ ਪਾਨ ਲੱਗੇ ਬਹੁਤ ਵਧੀਆ। ਆਹ ਲਾ ਰਿਹਾ ਮੈਂ ਤੁਹਾਨੂੰ ਦਿਖਾਉਂਦਾ ਵੀ ਕਿਵੇਂ ਲਾਉਂਦਾ, ਧਿਆਨ ਰੱਖਿਓ ਵਧੀਆ ਬਣਾਉਂਦਾ ਮੁੰਡਾ। ਫਲੇਵਰ ਦਿੰਦਾ ਹੈਗਾ, ਇਹ ਕਲੋਜ਼ਅਪ ਹੈਗਾ, ਕਲੋਜ਼ਅਪ ਦਿਖਾ ਰਿਹਾ ਤੁਹਾਨੂੰ ਪਾਨ ਦਾ, ਇਹਦੇ ਵਿੱਚ ਲੱਗ ਜਾਂਦਾ ਇਸ ਤਰੀਕੇ ਨਾਲ। ਆਹ ਦੇਖੋ ਦੋਸਤੋ ਜੈਲੀ ਦੇ ਵਿੱਚ ਲੱਗ ਜਾਂਦਾ ਇਸ ਤਰੀਕੇ ਨਾਲ। ਤਾਂ ਨੈਕਸਟ ਇਨਗਰੀਡੀਅੰਟ ਕੀ ਹੈ ਜੀ, ਬਨਾਰਸੀ ਪਾਨ, ਮਤਲਬ ਕਿ ਇਹ ਹੈਗੀ ਮਿੱਠੀ ਸੁਪਾਰੀ, ਮਿੱਠੀ ਸੁਪਾਰੀ ਪਾਵਾਂਗੇ। ਤਾਂ ਗਾਇਸ ਆਪ ਪਾ ਰਹੇ ਇਸ ਟਾਈਮ ਮੋਂਟੀ ਸਿਲਵਰ ਇਲਾਇਚੀ, ਸਿਲਵਰ ਇਲਾਇਚੀ ਬਹੁਤ ਵਧੀਆ ਲੱਗ ਰਿਹਾ ਦੋਸਤੋ ਦੇਖਣ ਨੂੰ। ਤਾਂ ਅਸੀਂ ਖਾਧਾ ਵੀ ਹੈ ਹੁਣ, ਤਿੰਨੇ ਅਸੀਂ ਪਹਿਲਾਂ ਖਾ ਕੇ ਹਟੇ ਤਿੰਨੇ ਭਰਾ, ਬਹੁਤ ਵਧੀਆ ਸੀਗਾ, ਸਵਾਦ ਆ ਗਿਆ ਵੀਰੇ ਤੇਰਾ ਪਾਨ ਵਧੀਆ ਗਿਆ ਮੋਂਟੀ। ਤਾਂ ਹੁਣ ਇਹ ਸਫਾਰੀ ਇਹ ਉਦੋਂ ਬਾਅਦ ਦੇਖਦੇ ਹਾਂਗੇ ਵੀ ਕੀ ਪਾ ਰਹੇ ਕੀ ਨਾ। ਤਾਂ ਗਾਇਸ ਆ ਗਈ ਦਿੱਲੀ ਦੀ ਸਪੈਸ਼ਲ ਚਟਨੀ, ਕਿਹੜੀ ਆ, ਬਾਵਾ ਕੰਪਨੀ ਦੀ ਚਟਨੀ ਆ, ਸਾਧਨਾ ਚਟਨੀ, ਸਾਧਨਾ ਉਹ ਮੇਰੀ ਸਾਧਨਾ। ਤਾਂ ਦੋਸਤੋ ਸਾਧਨਾ ਚਟਨੀ ਲਾਤੀ, ਤਾਂ ਹੁਣ ਇਹਨੂੰ ਸਮੋਕਿੰਗ ਫਲੇਵਰ ਦੇਣਾ। ਤਾਂ ਗਾਇਸ ਹੁਣ ਇਹਨੂੰ ਆਪਾਂ ਦੇਵਾਂਗੇ ਸਮੋਕਿੰਗ ਫਲੇਵਰ, ਆਹ ਦੇਖ ਲਓ ਇਹ ਇਹਨਾਂ ਦੀ ਜਿਹੜੀ ਹੈਗੀ ਹੈਗੀ ਸਪੈਸ਼ਲਿਟੀ ਆ, ਸਮੋਕ ਫਲੇਵਰ ਆਉਂਦਾ ਇਹ 'ਚ, ਇਹਦੇ ਨਾਲ ਸਮੋਕ ਦਾ ਵੀ ਆਨੰਦ ਆਉਂਦਾ ਨਾਲ ਨਾਲ। ਤਾਂ ਗਾਇਸ ਮੋਂਟੀ ਵੀਰਾ ਲਾ ਰਿਹਾ ਸੀਰਾ, ਮੋਂਟੀ ਭਈਆ ਮੋਂਟੀ ਭਈਆ ਪਾਨ ਖਿਲਾ ਦੇ ਰੇ ਭਈਆ। ਤਾਂ ਗਾਇਸ ਤਕਰੀਬਨ ਆਪਣਾ ਪਾਨ ਹੋ ਗਿਆ ਕੰਪਲੀਟ, ਇਹ ਕੀ ਹੈ ਜੀ ਪਾਨ ਰਸਨਾ, ਗਾਇਸ ਇਹ ਹੈਗਾ ਪਾਨ ਰਸਨਾ, ਪਾਨ ਰਸਨਾ ਤੋਂ ਬਾਅਦ ਆ ਗਈ ਆਹ ਇਹ ਵੀ ਇੱਕ ਚਟਨੀ ਹੈਗੀ, ਮੈਨੂੰ ਨਾਮ ਨਹੀਂ ਸਮਝ ਆਇਆ, ਸਰਸਵਤੀ ਚਟਨੀ ਆ ਦੋਸਤੋ ਆਹ। ਇਹ ਜਿਹੜੇ ਲੌਂਗ ਨੇਗੇ ਉਹਨਾਂ ਦੇ ਉੱਤੇ ਪੈਂਦੀ ਆ ਸਮੋਕ ਤੋਂ ਬਾਅਦ, ਉਹਨਾਂ ਨੂੰ ਅੱਗ ਲਾਉਣ ਤੋਂ ਬਾਅਦ ਉਹਦੇ ਉੱਤੇ ਪੈਂਦੀ ਹੈ, ਉਹ ਹੋਰ ਜ਼ਿਆਦਾ ਫਲੇਵਰ ਵਧੀਆ ਹੁੰਦਾ। ਦਲੀਪ ਸਿੰਘ ਜਵਾਹਰ ਸਿੰਘ ਨਿਆ ਬਾਂਸ ਦਿੱਲੀ,
ਤਾਂ ਦੋਸਤੋ ਆ ਦਿੱਲੀ ਦੀ ਸਪੈਸ਼ਲ ਚਟਨੀ ਇੱਕ ਹੋਰ ਆ ਗਈ ਦਲੀਪ ਸਿੰਘ ਧਿਆਨ ਸਿੰਘ ਦਲੀਪ ਸਿੰਘ ਧਿਆਨ ਸਿੰਘ ਚਟਨੀ ਹਾਂ ਤਾਂ ਦੋਸਤੋ ਬਾਂਸ ਤੋਂ ਸਪੈਸ਼ਲ ਤਿਆਰ ਕੀਤੀ ਜਾਂਦੀ ਹੈ ਚਟਨੀ ਉਹ ਆ ਗਈ ਤਾਂ ਮੇਰੇ ਖਿਆਲ ਦੇ ਵਿੱਚ ਹੁਣ ਹੋ ਗਿਆ ਕੰਪਲੀਟ ਤਾਂ ਹੁਣ ਵੀਰ ਕਰ ਰਿਹਾ ਬਾਇੰਡ ਅਤੇ ਇਹ ਪੈਕ ਕਰਨੇ ਨੇ ਤਾਂ ਗਾਇਜ਼ ਪੈਕਿੰਗ ਦਾ ਤਰੀਕਾ ਵੀ ਦੇਖੋ ਗਾਇਜ਼ ਬਹੁਤ ਸੋਹਣਾ ਹੈਗਾ ਚਲੋ ਮੋਂਟੀ ਵੀਰੇ ਨੇ ਕਰਨ ਤੋਂ ਪੈਕ ਆਪਾਂ ਮਿਲਦੇ ਥੋੜ੍ਹੀ ਦੇਰ ਤੱਕ ਤਾਂ ਗਾਇਜ਼ ਆਪਣੇ ਹੋ ਗਏ ਪੈਕ ਪਾਣ ਤਾਂ ਆਪਾਂ ਮੋਂਟੀ ਵੀਰੇ ਤੋਂ ਲੈਂਦੇ ਹਾਂ ਵੀਰਾ ਥੈਂਕ ਯੂ ਮੋਂਟੀ ਵੀਰੇ ਤਾਂ ਗਾਇਜ਼ ਆਪਣੇ ਲੈ ਲਏ ਆਪਣੇ ਪਾਨ ਹੋ ਗਏ ਪਾਨ ਤਿਆਰ ਤਾਂ ਆਪਾਂ ਮਿਲਦੇ ਘਰੇ ਚੱਲ ਕੇ ਤਾਂ ਗਾਇਜ਼ ਅਸੀਂ ਆ ਗਏ ਸੀਗੇ ਪਾਨ ਪੂਨ ਖਾਣ ਤੋਂ ਬਾਅਦ ਘਰੇ ਅਤੇ ਹੋ ਗਿਆ ਟਾਈਮ ਖਾਸਾ ਥੱਕ ਗਏ ਯਾਰ ਅੱਜ ਬਹੁਤ ਚਿਰ ਬਾਅਦ ਪਾਰਟੀ ਕੀਤੀ ਸੀਗੀ ਤਾਂ ਉਮੀਦ ਹੈਗਾ ਸਾਨੂੰ ਸਾਡਾ ਆਪ ਲੋਕ ਪਸੰਦ ਆਇਆ ਹੋਊਗਾ ਲਾਈਕ ਸ਼ੇਅਰ ਕਮੈਂਟ ਕਰਦੇ ਰਿਹਾ ਕਰੋ ਦੋਸਤੋ ਜੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆਪਣੇ ਦੋਸਤਾਂ ਨੂੰ ਵੀ ਕਿਹਾ ਕਰੋ ਵੀ ਸਬਸਕ੍ਰਾਈਬ ਕਰਨ ਤਾਂ ਮਿਲਦੇ ਆਪਾਂ ਅਗਲੇ ਵਲੌਗ 'ਤੇ ਟਿਲ ਦੈਨ ਬਾਏ ਬਾਏ।